ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਬੁਨਿਆਦਾਂ ਵਿੱਚੋਂ ਅੱਜ ਦੇ ਲੇਖ ਦਾ ਨਾਮ ਬਹਾਦਰਾਂ ਦੀ ਸਵਾਰੀ ਘੋੜਾ। ਘੋੜੇ ਦੀ ਸਵਾਰੀ ਨਾਲ ਆਜ਼ਾਦੀ ਦਾ ਸਵਾਦਲਾ ਅਨੁਭਵ ਹੁੰਦਾ ਹੈ। ਮਨੁੱਖ ਵਿੱਚ ਜਿਹੋ ਜਿਹੀ ਦਲੇਰੀ, ਤਸੱਲੀ, ਪ੍ਰਸੰਨਤਾ ਅਤੇ ਸਵੈ ਵਿਸ਼ਵਾਸ ਘੋੜਾ ਪਜਾਉਂਦਾ ਹੈ, ਉਸ ਦੀ ਕੋਈ ਰੀਸ ਨਹੀਂ। ਕੋਈ ਸਮਾਂ ਸੀ ਜਦੋਂ ਪੁਰਸ਼ ਨੂੰ ਮਰਦ ਖਵਾਉਣ ਲਈ ਉਸਦਾ ਘੋੜ ਸਵਾਰ ਹੋਣਾ ਪਹਿਲੀ ਸ਼ਰਤ ਹੁੰਦੀ ਸੀ। ਮਨੁੱਖੀ ਸੱਭਿਅਤਾ ਦਾ ਇਤਿਹਾਸ ਘੋੜੇ ਦੀ ਪਿੱਠ ਤੇ ਉਕਰਿਆ ਹੋਇਆ ਹੈ ਅਤੇ ਮਨੁੱਖ ਨੂੰ ਸੱਭਿਅਕ ਅਤੇ ਬਹਾਦਰ ਬਣਾਉਣ ਦਾ ਸਿਹਰਾ ਘੋੜੇ ਦੇ ਸਿਰ ਵੱਜਦਾ ਹੈ। ਘੋੜੇ ਤੋਂ ਭਾਵ ਹੈ ਫੁਰਤੀਲਾਪਨ, ਰਫਤਾਰ, ਆਗਿਆ ਪਾਲਣ ਅਤੇ ਵਫਾਦਾਰੀ। ਕੁੱਤਾ ਮਨੁੱਖ ਪ੍ਰਤੀ ਵਫ਼ਾਦਾਰ ਹੈ, ਪਰ ਘੋੜਾ ਮਨੁੱਖ ਦਾ ਭਰੋਸੇਮੰਦ ਸਾਥੀ ਵੀ ਹੈ। ਘੋੜੇ ਦੀ ਤੇਜ਼ ਰਫਤਾਰ ਸ਼ੇਰ ਅਤੇ ਚੀਤੇ ਦੀ ਸਿਰਜੀ ਹੋਈ ਹੈ, ਜਿਨ੍ਹਾਂ ਤੋਂ ਬਚਣ ਲਈ ਘੋੜੇ ਨੇ ਤੇਜ਼ ਦੌੜਨ ਦੀ ਯੋਗਤਾ ਉਪਜਾਈ। ਘੋੜਾ ਬੜੀ ਸੰਤੁਲਨ ਸਵਾਰੀ ਹੈ, ਇਹ ਸਵਾਰ ਨੂੰ ਡਿੱਗਣ ਨਹੀਂ ਦਿੰਦੀ। ਘੋੜਾ ਮਨੁੱਖ ਵਿੱਚੋਂ ਡਰ ਭਉ ਕੱਢ ਕੇ ਉਸ ਨੂੰ ਦਲੇਰ ਅਤੇ ਸਾਹਸੀ ਬਣਾਉਂਦਾ ਹੈ। ਘੋੜੇ ਦੀ ਸਵਾਰੀ ਵਿਕਲਾਂਗਾਂ ਅਤੇ ਮੰਦਬੁੱਧੀ ਵਾਲੇ ਰੋਗੀਆਂ ਲਈ ਇਲਾਜ ਸਾਬਤ ਹੁੰਦੀ ਹੈ। ਇਸ ਦੀ ਸਵਾਰੀ ਕਰਦਿਆਂ ਮਾਨਸਿਕ ਰੋਗੀ ਸੰਤੁਲਨ ਅਤੇ ਤਾਲਮੇਲ ਉਸਾਰ ਕੇ ਅਰੋਗ ਹੋ ਜਾਂਦੇ ਹਨ। ਇਸ ਦੀ ਸਵਾਰੀ ਨਾਲ ਧੋਖਲਿਆਂ ਅਤੇ ਦੁਚਿੱਤੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮਨੁੱਖ ਵਿੱਚ ਜੀਵਨ ਨੂੰ ਬਦਲ ਦੇਣ ਵਾਲੀ ਤਬਦੀਲੀ ਵਾਪਰਦੀ ਹੈ। ਘੋੜੇ ਅਤੇ ਮਨੁੱਖ ਦੇ ਪਰਸਪਰ ਰਿਸ਼ਤੇ ਨੂੰ ਦੋਹਾਂ ਨੂੰ ਬਦਲਿਆ ਹੈ। ਇਸ ਦੇ ਸੰਪਰਕ ਵਿੱਚ ਆ ਕੇ ਪਿਛਲੱਗ ਮਨੁੱਖ ਆਗੂ ਬਣ ਜਾਂਦੇ ਹਨ। ਪਸ਼ੂਆਂ ਵਿੱਚ ਮਨੁੱਖ ਨੂੰ ਕੇਵਲ ਸ਼ੇਰ ਅਤੇ ਘੋੜਾ ਖਵਾਉਣਾ ਪ੍ਰਵਾਨ ਹੈ। ਘੋੜੇ ਮੁੱਖ ਤੌਰ 'ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ। ਠੰਡੇ ਲਹੂ ਵਾਲੇ ਘੋੜੇ ਹੌਲੀ ਚੱਲਣ ਕਾਰਨ ਖੇਤੀ ਅਤੇ ਭਾਰ ਢੋਣ ਲਈ ਵਰਤੇ ਜਾਂਦੇ ਹਨ। ਨਿੱਘੇ ਲਹੂ ਵਾਲੇ ਘੋੜੇ ਮਨੋਰੰਜਨ, ਖੇਡਾਂ ਅਤੇ ਸਵਾਰੀ ਲਈ ਵਰਤੇ ਜਾਂਦੇ ਹਨ ਅਤੇ ਗਰਮ ਲਹੂ ਵਾਲੇ ਘੋੜੇ ਫੁਰਤੀਲੇ, ਬਹਾਦਰ ਅਤੇ ਅਣਥੱਕ ਹੋਣ ਕਾਰਨ ਸ਼ਿਕਾਰ, ਘੋੜ ਦੌੜ ਅਤੇ ਮੁਕਾਬਲਿਆਂ ਲਈ ਵਰਤੇ ਜਾਂਦੇ ਹਨ। ਅਜੋਕੀਆਂ ਓਲੰਪਿਕ ਖੇਡਾਂ ਵਿੱਚ ਲਗਭਗ 20 ਗੋਲਡ ਮੈਡਲ ਘੋੜਿਆਂ ਦੀਆਂ ਖੇਡਾਂ ਅਤੇ ਕਰਤਬਾਂ ਨਾਲ ਸੰਬੰਧਿਤ ਹਨ। ਘੋੜਿਆਂ ਦੀਆਂ ਦੌੜਾਂ ਵੱਡੇ ਸ਼ਹਿਰਾਂ ਵਿੱਚ ਕਰੋੜਾਂ ਦੀਆਂ ਸ਼ਰਤਾਂ ਵਾਲੇ ਲੱਖਾਂ ਲੋਕਾਂ ਦੇ ਮਨੋਰੰਜਨ ਅਤੇ ਹਜ਼ਾਰਾਂ ਲੋਕਾਂ ਲਈ ਰੁਜ਼ਗਾਰ ਦਾ ਵਸੀਲਾ ਹਨ। ਅਜੋਕੇ ਦੌਰ ਵਿੱਚ ਘੋੜੇ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਮਨੁੱਖ ਵਿੱਚ ਇਨਸਾਨੀ ਗੁਣਾਂ ਦੀ ਘਾਟ ਨਜ਼ਰ ਆਉਂਦੀ ਹੈ। ਘੋੜਾ ਅਤੇ ਘੋੜਸਵਾਰ ਇੱਕ ਦੂਜੇ ਦਾ ਵਿਸ਼ਵਾਸ ਜਿੱਤਦੇ ਰਹੇ ਹਨ। ਜੋ ਤਸੱਲੀ ਮਨੁੱਖ ਨੂੰ ਘੋੜੇ ਦੀ ਸਵਾਰੀ ਤੋਂ ਮਿਲਦੀ ਹੈ, ਉਹ ਮੋਟਰਸਾਈਕਲ ਜਾਂ ਕਾਰ ਤੋਂ ਨਹੀਂ ਮਿਲਦੀ। ਘੋੜੇ 'ਤੇ ਬੈਠਾ ਸਵਾਰ ਅਸਲ ਨਾਲੋਂ ਚੰਗੇਰਾ, ਉੱਚਾ ਅਤੇ ਰੋਹਬ ਵਾਲਾ ਦਿਸਦਾ ਹੈ, ਜਦੋਂ ਕਿ ਕਾਰ ਵਿੱਚ ਬੈਠਾ ਵਿਅਕਤੀ ਅਸਲ ਨਾਲੋਂ ਨੀਵਾਂ, ਸੁੰਗੜਿਆ ਅਤੇ ਦੁਬਕਿਆ ਹੋਇਆ ਪ੍ਰਤੀਤ ਹੁੰਦਾ ਹੈ। ਇੱਕ ਸਦੀ ਪਹਿਲਾਂ ਜਦੋਂ ਤੱਕ ਘੋੜੀਆਂ 'ਤੇ ਸਵਾਰ ਹੋ ਕੇ ਜਵਾਨ ਨਿਕਲਦੇ ਸਨ ਤਾਂ ਉਹ ਆਪਣੀਆਂ ਪ੍ਰੇਮਿਕਾਵਾਂ ਦੀਆਂ ਘੱਟ ਅਤੇ ਘੋੜੀਆਂ ਦੀਆਂ ਗੱਲਾਂ ਵਧੇਰੇ ਕਰਦੇ ਸਨ। ਉਦੋਂ ਸਾਹਿਬਾਂ ਵਰਗੀਆਂ, ਮਿਰਜ਼ੇ ਵਰਗੇ ਘੋੜਸਵਾਰਾਂ ਨਾਲ ਉਦਲਣ ਦੀਆਂ ਰੀਸ ਪਾਲਦੀਆਂ ਸਨ ਅਤੇ ਤੇਜ਼ ਦੌੜਨ ਵਾਲੀ ਘੋੜੀ 'ਤੇ ਉਛਲਦੇ ਉਹਨਾਂ ਦੇ ਸਰੀਰ ਜਦੋਂ ਆਪਸ ਵਿੱਚ ਭਿੜਦੇ ਸਨ ਤਾਂ ਉਹਨਾਂ ਨੂੰ ਅਸਮਾਨ ਜਿਤਨੇ ਉੱਚੇ ਝੂਟਿਆਂ ਦਾ ਆਨੰਦ ਆਉਂਦਾ ਸੀ। ਇਸ ਲਈ ਘੋੜੇ ਸਾਡੇ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਨਾਇਕ ਬਣੇ ਹਨ। ਜਿਨ੍ਹਾਂ ਨੇ ਘੋੜੇ ਦੀ ਸਵਾਰੀ ਨਹੀਂ ਕੀਤੀ ਉਹ ਆਪਣੇ ਆਪ ਨੂੰ ਪੁਰਸ਼ ਤਾਂ ਕਹਾ ਸਕਦੇ ਹਨ, ਪਰ ਮਰਦ ਨਹੀਂ ਖਵਾ ਸਕਦੇ। ਘੋੜਾ ਡਰ ਉੱਤੇ ਹੱਸਦਾ ਹੈ, ਆਲਸ ਦਾ ਇਸ ਨੂੰ ਪਤਾ ਹੀ ਨਹੀਂ। ਨਗਾਰਾ ਵੱਜਦਾ ਹੋਵੇ ਇਸ ਦੀਆਂ ਲੱਤਾਂ ਫਰਕਣ ਲੱਗ ਪੈਂਦੀਆਂ ਹਨ। ਇਹ ਆਪ ਬਹਾਦਰ ਹੈ, ਸੋ ਇਹ ਦਲੇਰ ਸਵਾਰੀ ਨੂੰ ਹੀ ਪਸੰਦ ਕਰਦਾ ਹੈ। ਇਹ ਪਹਾੜ ਜਾਂ ਜੰਗਲ ਵਿੱਚੋਂ ਆਪਣੇ ਗੁਆਚੇ ਮਾਲਕ ਨੂੰ ਲੱਭ ਲਿਆਉਂਦਾ ਹੈ ਅਤੇ ਮਾਲਕ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਬਣਾ ਲੈਂਦਾ ਹੈ। ਆਪਣੇ ਜਾਨ ਨੂੰ ਕਿਸੇ ਵੀ ਖਤਰੇ ਦੀ ਪਰਵਾਹ ਨਾ ਕਰਦਿਆਂ ਇਹ ਹਰ ਸਥਿਤੀ ਵਿੱਚ ਆਪਣੇ ਮਾਲਕ ਦੇ ਹਰੇਕ ਹੁਕਮ ਨੂੰ ਮੰਨਦਾ ਹੈ। ਸੰਸਾਰ 'ਤੇ ਰਾਜ ਕਰਨ ਵਾਲੇ ਯੂਰਪ ਦੇ ਸਾਰੇ ਸ਼ਾਹੀ ਘਰਾਣੇ ਹੁਣ ਵੀ ਘੋੜੇ ਪਾਲਦੇ ਅਤੇ ਘੋੜਸਵਾਰੀ ਕਰਦੇ ਹਨ।
ਚਾਰ ਤੋਂ 16 ਘੋੜਿਆਂ ਵਾਲੀ ਬੱਗੀ ਸੰਸਾਰ ਵਿੱਚ ਬਾਦਸ਼ਾਹ ਅਤੇ ਮਹਾਰਾਣੀਆਂ ਦੀ ਸਲਤਨਤ ਦਾ ਆਕਾਰ ਦੱਸਦੀ ਰਹੀ ਹੈ। ਘੋੜੇ ਦੀ ਕਾਠੀ ਸੰਤੁਲਨ ਲਈ ਅਤੇ ਲਗਾਮ ਕੰਟਰੋਲ ਲਈ ਹੁੰਦੀ ਹੈ। ਜਿਹੜੀ ਇਸਤਰੀ ਘੋੜਾ ਕੰਟਰੋਲ ਕਰ ਲੈਂਦੀ ਹੈ, ਡਰ ਭਾਉ ਤੋਂ ਮੁਕਤ ਹੋਣ ਕਾਰਨ ਉਸਨੂੰ ਪਤੀ ਦੀਆਂ ਲਗਾਮਾਂ ਖਿੱਚਣੀਆਂ ਵੀ ਆ ਜਾਂਦੀਆਂ ਹਨ। ਅਜਿਹੀਆਂ ਇਸਤਰੀਆਂ ਮਰਦਾਂ ਦੀਆਂ ਆਗੂ ਬਣਦੀਆਂ ਹਨ। ਰਜੀਆ ਸੁਲਤਾਨ ਅਤੇ ਰਾਣੀ ਝਾਂਸੀ ਨਿਪੁੰਨ ਘੋੜ ਸਵਾਰ ਸਨ। ਨਿਪੁੰਨ ਘੋੜ ਸਵਾਰ ਫੌਜ ਯੁੱਧ ਦਾ ਪਾਸਾ ਪਲਟ ਦਿੰਦੀ ਰਹੀ ਹੈ। ਸਿਕੰਦਰ ਕੋਲ 10,000 ਬਹਾਦਰਾਂ ਦੀ ਘੋੜ ਸਵਾਰ ਫੌਜ ਸੀ। ਸਿਕੰਦਰ ਨੇ ਆਪਣੇ ਜੀਵਨ ਵਿੱਚ ਹਰੇਕ ਲੜਾਈ ਇਸ ਪੈਂਦੜੇ ਨਾਲ ਜਿੱਤੀ ਸੀ ਕਿ ਉਹ ਹੌਲੀ ਹੌਲੀ ਲੜਾਈ ਨੂੰ ਫੈਸਲਾਕੁੰਨ ਮੋੜ ਤੇ ਲਿਆ ਕੇ ਯੁੱਧ ਦੇ ਮੈਦਾਨ ਵਿੱਚ ਆਪਣੀ ਘੋੜ ਸਵਾਰ ਫੌਜ ਉਤਾਰਦਾ ਸੀ, ਜਿਹੜੀ ਸਿਕੰਦਰ ਦੀ ਜਿੱਤ ਸਿਰਜ ਦਿੰਦੀ ਸੀ। ਸਿਕੰਦਰ ਦੇ ਘੋੜੇ ਖੰਭਾਂ ਤੋਂ ਬਿਨਾਂ ਉੱਡਦੇ ਸਨ, ਤਲਵਾਰ ਤੋਂ ਬਿਨਾਂ ਲੜਦੇ ਸਨ, ਉਹਦੀ ਸਹਾਦਿਆਂ ਨੂੰ ਨੇੜੇ ਲਿਆ ਕੇ ਸਮਾਨ ਨੂੰ ਧਰਤੀ ਤੇ ਉਤਾਰ ਦਿੰਦੇ ਸਨ। ਘੋੜਿਆਂ ਦੀ ਰਫਤਾਰ ਘੋੜ ਸਵਾਰਾਂ ਦੀ ਰਫਤਾਰ ਬਣ ਜਾਂਦੀ ਸੀ। ਘੋੜੇ ਤੇ ਚੜਿਆ ਆਉਂਦਾ ਨੈਪੋਲੀਅਨ 75,000 ਹਥਿਆਰਬੰਦ ਫੌਜੀਆਂ ਦੇ ਬਰਾਬਰ ਸਮਝਿਆ ਜਾਂਦਾ ਸੀ। ਜੇ ਕਿਸੇ ਵਿਅਕਤੀ ਵਿੱਚ ਘੋੜੇ ਤੇ ਬਹਿ ਕੇ ਸਵੈ ਵਿਸ਼ਵਾਸ ਨਹੀਂ ਉਪਜਦਾ ਤਾਂ ਇਹ ਹੋਰ ਕਿਸੇ ਢੰਗ ਨਾਲ ਨਹੀਂ ਉਪਜੇਗਾ। ਸੰਸਾਰ ਦੇ ਪ੍ਰਸਿੱਧ ਯੋਧੇ ਅਤੇ ਜਰਨੈਲ ਬਚਪਨ ਵਿੱਚ ਹੀ ਘੋੜ ਸਵਾਰੀ ਕਰਨ ਲੱਗ ਪਏ ਸਨ, ਉਹਨਾਂ ਵਾਂਗ ਉਹਨਾਂ ਦੇ ਘੋੜੇ ਵੀ ਪ੍ਰਸਿੱਧ ਸਨ। ਸਿਕੰਦਰ ਵਾਂਗ ਨੈਪੋਲੀਅਨ, ਗੁਰੂ ਗੋਬਿੰਦ ਸਿੰਘ ਜੀ, ਅਬਦਾਲੀ, ਮਹਾਰਾਜਾ ਰਣਜੀਤ ਸਿੰਘ ਆਦਿ ਆਪ ਘੋੜ ਸਵਾਰ ਤਾਂ ਸਨ ਹੀ, ਇਹ ਘੋੜਿਆਂ ਦੇ ਪਾਰਖੂ ਵੀ ਸਨ। ਬਾਦਸ਼ਾਹ ਅਤੇ ਬਹਾਦਰਾਂ ਨੂੰ ਲੋਕ ਚੰਗੇ ਘੋੜੇ ਭੇਟ ਕਰਦੇ ਰਹੇ ਹਨ। ਮਨੁੱਖੀ ਸਮਾਜ ਦੇ ਵਿਕਾਸ ਵਿੱਚ ਘੋੜੇ ਦਾ ਯੋਗਦਾਨ ਵਡਮੁੱਲਾ ਹੈ। ਮਨੁੱਖ ਨੇ ਘੋੜਿਆਂ ਨਾਲ ਹੋਰ ਪਸ਼ੂਆਂ ਦੇ ਇੱਜੜਾਂ ਨੂੰ ਕਾਬੂ ਕਰਨਾ ਸਿੱਖਿਆ ਹੈ। ਖੇਤੀ ਵਿਵਸਥਾ ਤੋਂ ਪਹਿਲਾਂ ਮਨੁੱਖ ਕੋਲ ਉਸਦਾ ਕੇਵਲ ਸਰੀਰਕ ਬਲ ਸੀ, ਜਿਸ ਕਾਰਨ ਉਹ 4-5 ਮੀਲ ਦੇ ਘੇਰੇ ਵਿੱਚ ਹੀ ਵਿਚਰਦਾ ਸੀ। ਖੇਤੀ ਵਿਵਸਥਾ ਉਦੋਂ ਸੰਭਵ ਹੋਈ ਜਦੋਂ ਮਨੁੱਖ ਨੇ ਆਪਣੇ ਸਰੀਰਕ ਬਲ ਦੇ ਨਾਲ ਪਸ਼ੂ ਬਲ ਵਰਤਣਾ ਆਰੰਭ ਕੀਤਾ ਅਤੇ ਘੋੜ ਸਵਾਰ ਘੋੜਾ ਵਰਤ ਕੇ ਮਨੁੱਖ ਨੇ ਆਪਣਾ ਅਨੁਭਵ ਖੇਤਰ 40-50 ਮੀਲ ਵਿਸ਼ਾਲ ਕਰ ਲਿਆ। ਘੋੜੇ ਦੇ ਸਹਿਯੋਗ ਨਾਲ ਮਨੁੱਖ ਨੇ ਊਠਾਂ, ਹਾਥੀਆਂ, ਬਲਦਾਂ, ਗਊਆਂ, ਮੱਝਾਂ ਨੂੰ ਸਾਧਨਾ ਅਤੇ ਸਾਂਭਣਾ ਆਰੰਭਿਆ। ਘੋੜੇ ਦੇ ਸਾਥ ਨਾਲ ਮਨੁੱਖ ਦਾ ਕਾਰਜ ਖੇਤਰ ਫੈਲਿਆ ਅਤੇ ਮਨੁੱਖ ਦੀ ਆਲੇ ਦੁਆਲੇ ਵਿੱਚ ਵਿਚਰਨ ਅਤੇ ਇਸ ਨੂੰ ਬਦਲਣ ਦੀ ਸਮਰੱਥਾ ਵਧੀ। ਘੋੜੇ ਦੀ ਸਵਾਰੀ ਕਰਦਿਆਂ ਮਨੁੱਖ ਨੇ ਨਵੀਆਂ ਧਰਤੀਆਂ ਲੱਭੀਆਂ। ਸੰਸਾਰ ਦੇ ਬਹੁਤੇ ਪਹਾੜੀ ਸ਼ਹਿਰਾਂ ਅਤੇ ਅਜੋਕੇ ਡੈਮਾਂ ਦੀ ਉਸਾਰੀ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਘੋੜ ਸਵਾਰਾਂ ਨੇ ਕੀਤੀ ਹੈ। ਭਾਰਤ ਵਿੱਚ ਸ਼ਿਮਲੇ ਅਤੇ ਭਾਖੜਾ ਡੈਮ ਦੇ ਸਥਾਨ ਨੂੰ ਅੰਗਰੇਜ਼ ਘੋੜ ਸਵਾਰਾਂ ਨੇ ਲੱਭਿਆ ਸੀ। ਘੋੜਾ ਸਾਡੇ ਸੱਭਿਆਚਾਰ ਦਾ ਵੀ ਅੰਗ ਹੈ। ਵਿਆਹ ਸਮੇਂ ਲਾੜਾ ਘੋੜੀ ਤੇ ਚੜ੍ਹ ਕੇ ਰਾਜੇ ਜਾਂ ਰਾਜਕੁਮਾਰ ਵਾਂਗ ਆਉਂਦਾ ਹੈ। ਲਾੜਾ ਘੋੜੀ ਤੇ ਇਸ ਲਈ ਬਿਠਾਇਆ ਜਾਂਦਾ ਹੈ ਕਿ ਉਸਦੇ ਮਰਦ ਹੋਣ ਅਤੇ ਉਸਦੀ ਸਮੁੱਚੀ ਸਿਹਤ ਦੀ ਤਸਦੀਕ ਹੋ ਜਾਵੇ। ਜੇ ਲਾੜੇ ਦੇ ਗੋਡੇ, ਮੋਢੇ, ਹੱਥ, ਕੂਹਣੀ, ਲੱਤ, ਪੈਰ ਵਿੱਚ ਕੋਈ ਨੁਕਸ ਹੋਵੇਗਾ, ਉਹ ਘੋੜੀ ਤੋਂ ਉੱਤਰ ਨਹੀਂ ਸਕੇਗਾ, ਡਿੱਗੇਗਾ। ਘੋੜੇ ਵਿੱਚ ਬੜੀ ਤਾਕਤ ਹੁੰਦੀ ਹੈ, ਇਸ ਨੂੰ ਤਾਕਤਵਰ ਵਿਅਕਤੀ ਹੀ ਕਾਬੂ ਕਰ ਸਕਦਾ ਹੈ। ਮੱਧਕਾਲ ਵਿੱਚ ਘੋੜੇ ਆਬਾਦੀਆਂ ਵਿੱਚ ਰੱਖੇ ਜਾਣ ਲੱਗ ਪਏ ਸਨ। ਉਹਨਾਂ ਸਮਿਆਂ ਵਿੱਚ ਦੂਰ ਦੁਰਾਡੀਆਂ ਥਾਵਾਂ ਤੇ ਜਾਣ ਲਈ ਘੋੜਾ ਇੱਕਮਾਤਰ ਭਰੋਸੇਯੋਗ ਸਾਧਨ ਹੋਇਆ ਕਰਦਾ ਸੀ। ਯੁੱਧ ਦੇ ਮੈਦਾਨ ਵਿੱਚ ਯੋਧੇ ਘੋੜਿਆਂ ਤੇ ਜਾਂਦੇ ਸਨ ਅਤੇ ਉਹਨਾਂ ਦੀ ਜਿੱਤ ਦੇ ਜਲੂਸ ਹਾਥੀਆਂ ਤੇ ਨਿਕਲਦੇ ਸਨ, ਜਿਨ੍ਹਾਂ ਦੇ ਅੱਗੇ ਕੋਤਲ ਘੋੜੇ ਚੱਲਦੇ ਸਨ। ਉਸ ਸਮੇਂ ਜਿਸ ਕੋਲ ਚੰਗਾ ਘੋੜਾ ਜਾਂ ਘੋੜੀ ਹੁੰਦੀ ਸੀ, ਉਸ ਮਾਲਕ ਦਾ ਸਿਰ ਇੱਕ ਗੇਟ ਉੱਚਾ ਹੋ ਜਾਂਦਾ ਸੀ। ਪੰਜਾਬ ਵਿੱਚ ਘੋੜੀ ਜੱਟ ਦੀ ਸ਼ਾਨ ਹੁੰਦੀ ਸੀ। ਜਦੋਂ ਕੋਈ ਸ਼ੌਕੀਨ ਜੱਟ ਰੇਸ਼ਮੀ ਡੋਰੀਆਂ ਨਾਲ ਸਜੀ ਹੋਈ ਘੋੜੀ ਤੇ ਚੜ੍ਹ ਕੇ ਮੇਲੇ ਜਾਂਦਾ ਸੀ ਤਾਂ ਸਾਰਾ ਮੇਲਾ ਉਸਦੇ ਮਗਰ ਲੱਗ ਜਾਂਦਾ ਸੀ। ਘੋੜਿਆਂ ਤੇ ਜਾਂਦੀ ਬਰਾਤ ਕਿਸੇ ਮਹਾਰਾਜੇ ਦੀ ਫੌਜ ਲੱਗਦੀ ਸੀ। ਜੱਟ ਨੂੰ ਭਾਵੇਂ ਜ਼ਮੀਨ ਵੇਚਣੀ ਪਏ, ਉਹ ਘੋੜੀ ਚੰਗੀ ਹੀ ਰੱਖਦਾ ਸੀ। ਚੰਗੀ ਘੋੜੀ ਇਤਨੀ ਰਵਾਂ ਦੌੜਦੀ ਸੀ ਕਿ ਸਵਾਰੀ ਕਰਦਿਆਂ ਤਲੀ ਤੇ ਰੱਖੀ ਪਾਣੀ ਦੀ ਕਟੋਰੀ ਵਿੱਚੋਂ ਇੱਕ ਬੂੰਦ ਵੀ ਨਹੀਂ ਡੁੱਲਦੀ ਸੀ। ਉਸ ਸਮੇਂ ਕਈ ਵਿਅਕਤੀ ਘੋੜਿਆਂ ਦੇ ਪਾਰਖੂ ਹੋਣ ਕਾਰਨ ਪ੍ਰਸਿੱਧ ਹੋ ਜਾਂਦੇ ਸਨ। ਇੱਕ ਵਾਰੀ ਇੱਕ ਪਾਰਖੂ ਅੰਨਾ ਹੋ ਗਿਆ, ਪਰ ਫਿਰ ਵੀ ਲੋਕ ਘੋੜਾ ਖਰੀਦਣ ਵਾਸਤੇ ਉਸਨੂੰ ਨਾਲ ਲੈ ਜਾਂਦੇ ਸਨ।
ਅਤੇ ਉਹ ਹੱਥ ਫੇਰ ਕੇ ਘੋੜੇ ਜਾਂ ਘੋੜੀ ਦੇ ਲੱਛਣ ਦੱਸ ਦਿੰਦਾ ਸੀ। ਨਾਮੀ ਡਾਕੂਆਂ ਵਾਂਗ ਉਹਨਾਂ ਦੀਆਂ ਘੋੜੀਆਂ ਵੀ ਪ੍ਰਸਿੱਧ ਸਨ। ਕਈਆਂ ਨੂੰ ਆਪਣੀ ਘੋੜੀ ਔਲਾਦ ਨਾਲੋਂ ਵੀ ਵਧੇਰੇ ਪਿਆਰੀ ਲੱਗਦੀ ਸੀ। ਇੱਕ ਵਾਰੀ ਇੱਕ ਜੱਟ ਦੀ ਘੋੜੀ ਦਰਿਆ ਕੰਢੇ ਚੜਦੀ ਹੋਈ ਪੈਰ ਤਿਲਕਣ ਕਰਕੇ ਪਾਣੀ ਵਿੱਚ ਡਿੱਗ ਪਈ ਅਤੇ ਕੰਨਾਂ ਵਿੱਚ ਪਾਣੀ ਪੈਣ ਕਾਰਨ ਮਰ ਗਈ। ਮਾਲਕ ਨੂੰ ਇਤਨਾ ਸਦਮਾ ਲੱਗਿਆ ਕਿ ਉਹ ਪਾਗਲ ਹੋ ਗਿਆ ਅਤੇ ਪਿੰਡ ਵਿੱਚੋਂ ਲੰਘਦੀ ਹੋਈ ਹਰ ਘੋੜੀ ਮਗਰ ਮੇਰੀ ਘੋੜੀ, ਮੇਰੀ ਘੋੜੀ ਪੁਕਾਰਦਾ ਦੌੜਨ ਲੱਗ ਪਿਆ ਅਤੇ ਕੁਝ ਮਹੀਨੇ ਮਗਰੋਂ ਉਹ ਮਰ ਗਿਆ। ਆਪਣੀ ਘੋੜੀ ਨਾਲ ਇਕੱਠਿਆਂ ਮਰਨ ਦੀ ਉਸਦੀ ਰੀਝ ਅਧੂਰੀ ਰਹਿ ਗਈ ਸੀ। ਘੋੜੇ ਦੀਆਂ ਆਦਤਾਂ ਅਤੇ ਲੱਛਣ ਉਸਨੂੰ ਹਰ ਕਿਸੇ ਦੀ ਪਸੰਦ ਬਣਾ ਦਿੰਦੇ ਹਨ। ਮਾਲਕ ਨੂੰ ਛੱਡ ਕੇ ਘੋੜਾ ਘਰ ਨਹੀਂ ਮੁੜਦਾ, ਲੱਭ ਕੇ ਹੀ ਲੈ ਕੇ ਹੀ ਮੁੜਦਾ ਹੈ। ਘੋੜਾ ਚੰਗੇ ਮਾਲਕ ਦਾ ਹਰ ਸਮੇਂ ਸਾਥ ਮੰਨਣ ਲਈ ਤਾਕਦਾ ਹੈ। ਮਾਲਕ ਨੂੰ ਉਹ ਆਪਣੀ ਗੱਲ ਆਪਣੀਆਂ ਸਰੀਰਕ ਹਰਕਤਾਂ ਨਾਲ ਸਮਝਾਉਂਦਾ ਹੈ। ਘੋੜਾ ਭਰਮੀ ਆਵਾਜ਼ ਵਾਲੇ ਮਾਲਕ ਨੂੰ ਵਧੇਰੇ ਪਸੰਦ ਕਰਦਾ ਹੈ। ਇੱਕ ਹੋਰਾਂ ਨੂੰ ਆਪਣੇ ਕੰਨ, ਨੱਕ ਅਤੇ ਨਜ਼ਰ ਰਾਹੀਂ ਪਛਾਣਦਾ ਹੈ। ਜੇ ਘੋੜਾ ਸੁਰੱਖਿਅਤ ਮਹਿਸੂਸ ਨਾ ਕਰੇ ਤਾਂ ਇਹ ਕੁਝ ਖਾਂਦਾ ਨਹੀਂ। ਚੰਗੇ ਮਾਲਕ ਵੱਲੋਂ ਆਪਣੇ ਬੁੱਢੇ ਘੋੜੇ ਦੀ ਦੁੱਖ ਵੇਖਿਆ ਨਹੀਂ ਜਾਂਦਾ, ਸੋ ਮਾਲਕ ਅਕਸਰ ਦੁੱਖ ਤੋਂ ਖਲਾਸੀ ਦਿਵਾਉਣ ਲਈ ਉਸਨੂੰ ਆਪ ਗੋਲੀ ਮਾਰ ਦਿੰਦੇ ਹਨ। ਸੰਸਾਰ ਵਿੱਚ ਇਸ ਵੇਲੇ 6 ਕਰੋੜ ਘੋੜੇ ਅਤੇ 4 ਕਰੋੜ ਖੱਚਰਾਂ ਅਤੇ ਟੱਟੂ ਹਨ, ਜਿਨ੍ਹਾਂ ਵਿੱਚੋਂ ਅੱਧੇ ਅਮਰੀਕਾ ਵਿੱਚ ਹਨ। ਟੱਟੂ ਅਤੇ ਖੱਚਰਾਂ ਘੋੜੇ ਘੋੜੀਆਂ ਦੇ ਹੋਰ ਨਸਲਾਂ ਨਾਲ ਨਜਾਇਜ਼ ਸੰਬੰਧਾਂ ਵਿੱਚੋਂ ਜਨਮਦੇ ਹਨ। ਇਹਨਾਂ ਦੀ ਅੱਗੇ ਸੰਤਾਨ ਨਹੀਂ ਹੁੰਦੀ। ਭਾਰਤ ਵਿੱਚ ਬਾਂਝ ਇਸਤਰੀ ਨੂੰ ਖੱਚਰ ਅਤੇ ਨਿਪੁੰਸਕ ਪੁਰਸ਼ ਨੂੰ ਟੱਟੂ ਕਹਿ ਕੇ ਨਿੰਦਿਆ ਭੰਡਿਆ ਜਾਂਦਾ ਹੈ। ਘੋੜਾ ਬਹੁਤ ਕੁਝ ਸੁਭਾਵਿਕ ਹੀ ਜਾਣਦਾ ਹੁੰਦਾ ਹੈ। ਮਾਲਕ ਤਾਂ ਉਸਨੂੰ ਵਾਧੂ ਕਰਤੱਵ ਸਿਖਾਉਂਦਾ ਹੈ, ਘੋੜਾ ਨਿਤਨੇਮ ਨੂੰ ਪਸੰਦ ਕਰਦਾ ਹੈ। ਹੁਣ ਘੋੜਿਆਂ ਦੇ ਨਾਵਾਂ ਅਤੇ ਸ਼ਰਾਬਾਂ, ਸੈਂਟ ਆਦਿ ਅਨੇਕਾਂ ਚੀਜ਼ਾਂ ਬਣਦੀਆਂ ਹਨ। ਘੋੜਿਆਂ 'ਤੇ ਕਈ ਨਾਵਲ ਅਤੇ ਕਹਾਣੀਆਂ ਵੀ ਲਿਖੀਆਂ ਗਈਆਂ ਹਨ। ਵਿਗਿਆਨ ਵਿੱਚ 750 ਵਾਟ ਨੂੰ ਇੱਕ ਹਾਰਸ ਪਾਵਰ ਕਿਹਾ ਜਾਂਦਾ ਹੈ। ਮੁੱਖ ਤੌਰ 'ਤੇ ਘੋੜੇ 2 ਕਿਸਮ ਦੇ ਹੁੰਦੇ ਹਨ, ਆਗੂ ਅਤੇ ਪਿਛਲੱਗ। ਘੋੜੇ ਘੋੜੀ ਦੀ ਸਵਾਰੀ ਤੋਂ ਪਹਿਲਾਂ ਮਾਹਰ ਸਵਾਰ ਵੱਲੋਂ ਉਸ 'ਤੇ ਹੱਥ ਫੇਰਿਆ ਜਾਂਦਾ ਹੈ, ਜਿਸ ਨਾਲ ਦੋਵੇਂ ਇੱਕ ਦੂਜੇ ਨੂੰ ਮਾਪਦੇ ਤੋਲਦੇ ਹਨ। ਫਿਰ ਉਹਨਾਂ ਦੀ ਜਾਣ ਪਛਾਣ ਮਗਰੋਂ ਦੋਸਤੀ ਹੋ ਜਾਂਦੀ ਹੈ। ਯੂਰਪ ਦੇ ਅਮੀਰ ਘਰਾਣਿਆਂ ਦੀਆਂ ਮੁਟਿਆਰਾਂ ਘੋੜੇ ਦੀ ਸਵਾਰੀ ਰਾਹੀਂ ਆਪਣੇ ਪਤੀ ਲੱਭਦੀਆਂ ਹਨ। ਇੱਕ ਵਾਰੀ ਇੱਕ ਧੀ ਨੇ ਘੋੜੇ ਦੀ ਸਵਾਰੀ ਕਰਨ ਅਤੇ ਸਿਖਾਉਣ ਲਈ ਵਾਲੀ ਆਪਣੀ ਮਾਂ ਨੂੰ ਪੁੱਛਿਆ, ਮੇਰੇ ਪਤੀ ਵਿੱਚ ਕਿਹੜੇ ਲੱਛਣ ਹੋਣੇ ਚਾਹੀਦੇ ਹਨ? ਮਾਂ ਦੀਆਂ ਗੱਲਾਂ ਸੁਣ ਕੇ ਧੀ ਨੇ ਕਿਹਾ, ਮਾਂ ਤੁਸੀਂ ਤਾਂ ਸਾਰੇ ਘੋੜੇ ਦੇ ਗੁਣ ਲੱਛਣ ਗਿਣਾ ਦਿੱਤੇ ਹਨ। ਇੱਕ ਵਾਰ ਇਬਰਾਹਿਮ ਲਿੰਕਨ ਨੇ ਅਮਰੀਕਾ ਦੀ ਖਾਨਾ ਜੰਗੀ ਦੌਰਾਨ 105 ਘੋੜੇ ਗਵਾ ਕੇ ਮੁੜਨ ਵਾਲੇ ਬ੍ਰਿਗੇਡੀਅਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਬ੍ਰਿਗੇਡੀਅਰ ਤਾਂ ਮੈਂ ਕਿਸੇ ਨੂੰ 5 ਮਿੰਟ ਵਿੱਚ ਫੀਤੀਆਂ ਲਾ ਕੇ ਬਣਾ ਸਕਦਾ ਹਾਂ, ਪਰ 105 ਘੋੜੇ ਇਵੇਂ ਨਹੀਂ ਬਣ ਸਕਦੇ। ਘੋੜੇ ਨਾਲ ਵਿਹਾਰ ਕਰਨ ਦੇ ਕੁਝ ਨਿਯਮ ਹੁੰਦੇ ਹਨ, ਜਿਵੇਂ ਘੋੜਾ ਨਾ ਪਿੱਛੇ ਵੇਖ ਸਕਦਾ ਹੈ ਨਾ ਪਿੱਛੇ ਜਾ ਸਕਦਾ ਹੈ, ਪਰ ਇਸ ਨੂੰ ਪਿੱਛਾ ਕਰਨ ਵਾਲਿਆਂ ਦਾ ਪਤਾ ਲੱਗ ਜਾਂਦਾ ਹੈ। ਘੋੜੇ ਦੇ ਪਿੱਛੇ ਨਹੀਂ ਖਲੋਣਾ ਚਾਹੀਦਾ ਕਿਉਂਕਿ ਇਸ ਨੂੰ ਪਿੱਛੇ ਨਹੀਂ ਦਿਸਦਾ, ਪਰ ਕਿਸੇ ਪਿੱਛੇ ਖਲੋਤੇ ਨੂੰ ਇਹ ਮਹਿਸੂਸ ਕਰ ਸਕਦਾ ਹੈ, ਜਿਸ ਨੂੰ ਖਤਰਾ ਸਮਝ ਕੇ ਦੁਲੱਤੀ ਮਾਰਦਾ ਹੈ। ਇੱਕ ਵਾਰੀ ਇੱਕ ਅਣਜਾਣ ਲਾੜਾ ਸੋਹਣੀ ਘੋੜੀ ਤੋਂ ਉੱਤਰ ਕੇ ਸਿਹਰਾ ਆਦਿ ਠੀਕ ਕਰਨ ਵਾਸਤੇ ਪਿੱਛੇ ਖਲੋ ਗਿਆ ਅਤੇ ਘੋੜੀ ਨੇ ਆਪਣਾ ਕੰਮ ਕਰ ਦਿੱਤਾ। 4 ਬੰਦਿਆਂ ਨੇ ਚੁੱਕ ਕੇ ਉਸਦੇ ਫੇਰੇ ਕਰਵਾਏ ਅਤੇ ਉਸਦੀ ਡੋਲੀ ਐਂਬੂਲੈਂਸ ਵਿੱਚ ਆਈ ਸੀ। ਕਈ ਵਾਰੀ ਲਾੜੇ ਨਾਲ ਉਸਦਾ ਘੋੜਾ ਵਧੇਰੇ ਸੋਹਣਾ ਹੁੰਦਾ ਹੈ, ਜਿਸ ਆਧਾਰ 'ਤੇ ਲਾੜੇ ਦੀਆਂ ਸਿੱਠਣੀਆਂ ਬਣ ਜਾਂਦੀਆਂ ਹਨ। ਘੋੜੇ ਦੀ ਉਮਰ, ਸਿਹਤ ਅਤੇ ਮੁੱਲ ਉਸਦੇ ਦੰਦਾਂ ਤੋਂ ਪਤਾ ਲੱਗਦਾ ਹੈ, ਜਿਹੜੇ ਘੱਸਦੇ ਅਤੇ ਵੱਧਦੇ ਰਹਿੰਦੇ ਹਨ। ਬਨਸਪਤੀ, ਜਵੀ ਅਤੇ ਕਾਲੇ ਛੋਲੇ ਘੋੜਿਆਂ ਦੀ ਮਨਪਸੰਦ ਖੁਰਾਕ ਹਨ। ਮੈਦਾ ਛੋਟਾ ਹੋਣ ਕਰਕੇ ਘੋੜਾ ਸਾਰਾ ਦਿਨ ਖਾਂਦਾ ਰਹਿੰਦਾ ਹੈ। ਘੋੜਾ ਉਲਟੀ ਨਹੀਂ ਕਰ ਸਕਦਾ, ਸੋ ਕਈ ਘੋੜੇ ਜ਼ਹਿਰੀਲੇ ਬੂਟੇ ਖਾਣ ਕਾਰਨ ਮਰਦੇ ਹਨ। ਖੁਰਾਕ ਦੇ ਪੱਖੋਂ ਘੋੜੇ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ। ਇਸ ਦਾ ਜਣੇਪਾ 11 ਮਹੀਨਿਆਂ ਦਾ ਹੁੰਦਾ ਹੈ, ਜਨਮ ਲੈਂਦਿਆਂ ਹੀ ਇਹ ਖਲੋ ਜਾਂਦਾ ਹੈ, ਨਹੀਂ ਤਾਂ ਮਾਂ ਜ਼ੋਰ ਦੀ ਠੁੱਡ ਮਾਰ ਕੇ ਖੜ੍ਹਾ ਕਰ ਦਿੰਦੀ ਹੈ। ਇਹ 5 ਸਾਲ ਵਿੱਚ ਪੂਰਾ ਜਵਾਨ ਅਤੇ ਹਰੇਕ ਕਾਰਜ ਲਈ ਤਿਆਰ ਹੋ ਜਾਂਦਾ ਹੈ। ਇਹ 25-30 ਸਾਲ ਜਿਉਂਦਾ ਹੈ।
ਇਸ ਦੇ ਸਰੀਰ ਦੀ ਹਰ ਚੀਜ਼ ਕੰਮ ਆਉਂਦੀ ਹੈ। ਤੰਦਰੁਸਤ ਘੋੜਾ ਅਕਸਰ ਬੈਠਦਾ ਨਹੀਂ, ਇਕੱਲਿਆਂ ਇਹ ਚੁਕੰਨਾ ਹੋ ਕੇ ਸੌਂਦਾ ਹੈ। ਇਹ ਇੱਜੜੀ ਪਸ਼ੂ ਹੈ, ਝੁੰਡ ਵਿੱਚ ਰਹਿਣਾ ਪਸੰਦ ਕਰਦਾ ਹੈ। ਇੱਜੜ ਵਿੱਚ ਘੋੜੇ ਟੋਲੀਆਂ ਬਣਾ ਕੇ ਆਪਸ ਵਿੱਚ ਖੇਡਦੇ ਹਨ। ਸਭ ਤੋਂ ਲੰਬੀਆਂ ਅੱਖਾਂ ਘੋੜਿਆਂ ਦੀਆਂ ਹੁੰਦੀਆਂ ਹਨ। ਇਹ ਇੱਕੋ ਵੇਲੇ ਸਭ ਪਾਸੇ ਵੇਖ ਸਕਣ ਕਰਕੇ ਸ਼ਿਕਾਰੀਆਂ ਦਾ ਸਾਥੀ ਬਣਿਆ ਹੈ। ਨੱਕ ਵਰਤ ਕੇ ਖਾਣ ਅਤੇ ਨਾ ਖਾਣ ਵਾਲੀਆਂ ਚੀਜ਼ਾਂ ਨਖੇੜ ਲੈਂਦਾ ਹੈ। ਸੰਕਟ ਵਾਲੀ ਸਥਿਤੀ ਵਿੱਚ ਦੌੜਨ ਜਾਂ ਲੜਨ ਦਾ ਇਹ ਝੱਟ ਫੈਸਲਾ ਕਰ ਲੈਂਦਾ ਹੈ। ਇਹ ਇੱਕ ਇੱਕ ਦੋ ਦੋ ਅਤੇ ਚਾਰ ਲੱਤੇ ਲੱਤਾਂ ਨਾਲ 15 ਤੋਂ 80 ਕਿਲੋਮੀਟਰ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ। ਮੁੱਖ ਤੌਰ 'ਤੇ ਅਖਰੋਟੀ, ਕਾਲੇ ਅਤੇ ਚਿੱਟੇ ਰੰਗ ਦਾ ਹੁੰਦਾ ਹੈ। ਉਮਰ ਦੇ ਵਧਣ ਨਾਲ ਇਸ ਦਾ ਰੰਗ ਬਦਲਦਾ ਹੈ। ਜੇ ਮਾਲਕ ਧਿਆਨ ਨਾ ਦੇਵੇ ਤਾਂ ਇਹ ਲੜਾਕਾ ਹੋ ਜਾਂਦਾ ਹੈ। ਘੋੜੇ ਅਕਸਰ ਅਥਰੇ, ਪਰ ਘੋੜੀਆਂ ਸੁਸ਼ੀਲ ਹੁੰਦੀਆਂ ਹਨ। ਇਸ ਕਾਰਨ ਕਈ ਸਮਾਜਾਂ ਵਿੱਚ ਘੋੜਾ ਅਤੇ ਕਈਆਂ ਵਿੱਚ ਘੋੜੀ ਵਧੇਰੇ ਵਰਤੀ ਜਾਂਦੀ ਹੈ। ਲਗਾਮ ਰਾਹੀਂ ਘੋੜਾ ਮਾਲਕ ਦੀ ਮਨਸ਼ਾ ਸਮਝਦਾ ਹੈ ਅਤੇ ਲਗਾਮ ਰਾਹੀਂ ਮਾਲਕ ਦਾ ਹੌਂਸਲਾ ਜਾਂ ਝਿਜਕ ਘੋੜੇ ਦੀ ਝਿਜਕ ਜਾਂ ਹੌਂਸਲਾ ਬਣ ਜਾਂਦਾ ਹੈ। ਘੋੜਾ ਨਾੜੀ ਸਵਾਰ ਨੂੰ ਪਸੰਦ ਨਹੀਂ ਕਰਦਾ, ਕਿਉਂਕਿ ਨਾੜੀ ਸਵਾਰ ਹਰ ਮੋੜ 'ਤੇ ਲਗਾਮਾਂ ਖਿੱਚ ਖਿੱਚ ਕੇ ਘੋੜੇ ਨੂੰ ਖੱਚਰ ਬਣਾ ਦਿੰਦਾ ਹੈ। ਮਾਹਿਰ ਘੋੜ ਸਵਾਰ ਦੀ ਮਨਸ਼ਾ ਨੂੰ ਘੋੜਾ ਇਤਨੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਘੋੜਾ ਅੰਤਰਜਾਮੀ ਪ੍ਰਤੀਤ ਹੁੰਦਾ ਹੈ। ਇਸ ਲਈ ਬਹਾਦਰ ਇਸ ਨੂੰ ਆਪਣਾ ਸਾਥੀ ਬਣਾਉਂਦੇ ਹਨ। ਕਹਿਣ ਵਾਲੇ ਕਹਿੰਦੇ ਹਨ ਕਿ ਪੁਰਾਣੇ ਵੇਲਿਆਂ ਵਿੱਚ ਘੋੜੇ ਦੀ ਸਵਾਰੀ ਨਾਲ ਕੋਈ ਬਹਾਦਰ ਨਹੀਂ ਸੀ ਬਣਦਾ, ਉਦੋਂ ਇਸ ਦੀ ਸਵਾਰੀ ਕਰਦੇ ਹੀ ਬਹਾਦਰ ਸਨ। ਲਗਭਗ 50 ਸਾਲ ਪਹਿਲਾਂ ਤੱਕ ਘੋੜੇ ਹਰੇਕ ਜਲੂਸ ਦਾ ਭਾਗ ਹੁੰਦੇ ਸਨ। ਅਜੋਕੇ ਯੁੱਗ ਦੀਆਂ ਕਾਰਾਂ ਨੇ ਘੋੜਿਆਂ ਦੀਆਂ ਕਦਰ ਘਟਾਈ ਹੈ। ਘੋੜੇ ਦੇ ਸੱਭਿਆਚਾਰਕ ਮਹੱਤਵ ਤੋਂ ਹਰ ਕੋਈ ਜਾਣੂ ਹੈ। ਜਦੋਂ ਮੈਂ ਪੜ੍ਹਦਾ ਸਾਂ ਤਾਂ ਮੇਰੇ ਇੱਕ ਜਮਾਤੀ ਨੇ ਛੁੱਟੀਆਂ ਦੌਰਾਨ ਮੈਨੂੰ ਆਪਣੇ ਪਿੰਡ ਬੁਲਾਇਆ। ਜਦੋਂ ਮੈਂ ਸਟੇਸ਼ਨ 'ਤੇ ਉਤਰਿਆ ਤਾਂ ਉਸਦਾ ਨੌਕਰ ਸੱਜੀ ਹੋਈ ਘੋੜੀ ਲੈ ਕੇ ਖਲੋਤਾ ਸੀ। ਭਾਵੇਂ ਨੇੜੇ ਹੀ ਜਾਣਾ ਸੀ, ਪਰ ਨੌਕਰ ਮੈਨੂੰ ਘੋੜੀ 'ਤੇ ਬੈਠ ਕੇ ਜਾਣ ਲਈ ਕਹਿ ਰਿਹਾ ਸੀ। ਜਦੋਂ ਮੈਂ ਆਪਣੇ ਜਮਾਤੀ ਨੂੰ ਘੋੜੀ ਭੇਜਣ ਦਾ ਸਬੱਬ ਪੁੱਛਿਆ ਤਾਂ ਉਸਨੇ ਦੱਸਿਆ, ਤੂੰ ਪੇਂਡੂ ਸਮਾਜ ਨੂੰ ਨਹੀਂ ਸਮਝਦਾ, ਇਸ ਲਈ ਤੈਨੂੰ ਹੈਰਾਨੀ ਹੋ ਰਹੀ ਹੈ। ਹੁਣ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਹੈ ਕਿ ਤੂੰ ਮੇਰਾ ਵਿਸ਼ੇਸ਼ ਮਹਿਮਾਨ ਹੈ। ਹੁਣ ਤੂੰ ਮੇਰਾ ਹੀ ਨਹੀਂ, ਸਾਰੇ ਪਿੰਡ ਦਾ ਵੀ ਮਹਿਮਾਨ ਹੈ। ਹੁਣ ਹਰ ਕੋਈ ਤੈਨੂੰ ਆਪਣਾ ਵੀ ਮਹਿਮਾਨ ਸਮਝੇਗਾ। ਘੋੜ ਦੌੜਾਂ ਵਾਲੇ ਘੋੜਿਆਂ ਦੀਆਂ ਜਨਮ ਪੱਤਰੀਆਂ ਅਤੇ ਜੀਵਨੀਆਂ ਛਪਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਉਹਨਾਂ 'ਤੇ ਸ਼ਰਤਾਂ ਲਾਉਂਦੇ ਹਨ ਅਤੇ ਹਰ ਕਿਸੇ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਸ ਵਾਲਾ ਘੋੜਾ ਹੀ ਅਵੱਲ ਆਵੇਗਾ। ਆਪ ਬਹਾਦਰ ਹੋਣ ਕਰਕੇ ਹੀ ਘੋੜਾ ਬਹਾਦਰਾਂ ਦੀ ਸਵਾਰੀ ਹੈ। ਹੁਣ ਘੋੜੇ ਨਹੀਂ ਰਹੇ, ਇਸ ਲਈ ਬਹਾਦਰ ਵੀ ਨਹੀਂ ਰਹੇ। ਜਿੱਧਰ ਗਈਆਂ ਘੋੜੇ ਘੋੜੀਆਂ, ਉੱਧਰ ਗਈਆਂ ਦਲੇਰੀਆਂ ਬਹਾਦਰੀਆਂ। ਧੰਨਵਾਦ। ਸਾਰੇ